ਹੋਪ ਸਾਰੇ ਵਧੀਆ ਹੋਵੋਗੇ। ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਤੇ ਰਾਕੇ ਦਾ ਗਾਣਾ ਆਇਆ ਵਾ ਇੱਕ ਹਕਾਇਤ, ਹਕਾਇਤ ਇੱਕ ਅਰੇਬਿਕ ਵਰਡ ਆ, ਇਸ ਦਾ ਮਤਲਬ ਹੁੰਦਾ ਹੈ ਸਟੋਰੀ। ਤੇ ਅਫੀਸ਼ੀਅਲ 뮤직 ਵੀਡੀਓ ਆ ਤੇ ਗਾਣੇ ਨੂੰ ਆਏ ਨੂੰ ਕੀ ਕਹਿੰਦੇ ਆ 9 ਘੰਟੇ ਹੋ ਚੁੱਕੇ ਆ ਤੇ ਵਿਊ ਵੀ ਠੀਕ ਠਾਕ ਨੇ ਤੇ ਲਿਖਿਆ ਗਾਣਾ ਆਪ ਹੀ ਆ ਵੀਰੇ ਨੇ ਤੇ ਗਾਇਆ ਵੀ ਆ ਤੇ 뮤직 ਕੀਤਾ ਹੋਇਆ ਵਾ ਮਿਆਨ ਵੀਰੇ ਨੇ ਤੇ ਵੀਡੀਓ ਰਾਜਨ ਵੀਰ। ਤੇ ਆ ਜੋ ਕਰਦੇ ਹਾਂ ਚੈੱਕ। ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਹੀ ਮੈਂ ਇਹ ਗੱਲ ਕਹਿ ਦੇਣਾ ਚਾਹੁੰਦਾ ਕਿ ਜੋ ਵੀ ਪਿੱਛੇ ਰਾਕੇ ਨਾਲ ਹੋਇਆ ਵਾ ਠੀਕ, ਜੋ ਵੀ ਚੀਜ਼ ਠੀਕ ਆ ਉਹਨੇ ਬੋਲੀ ਜਿਵੇਂ ਵੀ ਠੀਕ ਆ ਕਿ ਆਪਾਂ ਜੋ ਵੀ ਰਿਐਕਸ਼ਨ ਕਰਾਂਗੇ ਉਹ ਚੀਜ਼, ਜੇ ਬਾਈ ਨੇ ਕੁਝ ਗਲਤ ਫੇਰ ਕੋਈ ਕਿਹਾ ਤਾਂ ਉਸ ਓਨੈਸਟਲੀ ਸਿੱਧੀ ਗੱਲ ਕਰਾਂਗੇ ਕਿ ਹਾਂ ਵੀ ਕਿ ਆਹ ਚੀਜ਼ ਗਲਤ ਆ, ਜੇ ਕੋਈ ਵਧੀਆ ਚੀਜ਼ ਆ ਕੋਈ ਕੀਤੀ ਆ ਤਾਂ ਉਹ ਸਹੀ ਕਰਕੇ ਬੜੀ ਓਨੈਸਟ ਚੀਜ਼ ਹੋਊਗੀ ਕਿ ਇਹ ਨਹੀਂ ਕਿ ਹਾਂ ਕਿ ਫੇਮ ਲੈਣ ਦੇ ਚੱਕਰ 'ਚ ਜੋ ਵੀ ਚੀਜ਼ ਆ ਉਹ ਸਾਹਮਣੇ ਹੋਊਗੀ। ਬਾਕੀ ਆ ਜੋ ਕਰਦੇ ਆ ਚੈੱਕ। ਬੰਦਾ ਨੇ ਸਾਊਥ ਮੂਵੀ ਆ ਸੀਨ ਬਣਾਇਆ ਪਿਆ KGF 2। ਕੀ ਜਾਲ 'ਚ ਜੇਲ੍ਹ ਦੇਖੀ ਬਾਈ, ਜਿਹੜੇ ਵੀ ਕੋਈ ਆਪਣਾ ਬਾਈ ਦੇ ਨਾਲ ਜੁੜੇ ਹੋਏ ਨੇ ਜਾਂ ਜਿਹੜਾ ਵੀ ਬਾਈ ਨੂੰ ਪਿਆਰ ਆ ਜਿਵੇਂ ਵੀ ਆ, ਤੇ ਇਹ ਗੱਲ ਦੱਸੋ ਵੀ ਰੀਅਲ ਸਟੋਰੀ ਕਿ ਬਾਈ ਨੇ 21 ਸਾਲ ਦੀ ਉਮਰ 'ਚ ਜੇਲ੍ਹ ਦੇਖੀ ਆ ਕਿ ਜੋ ਵੀ ਚੀਜ਼ ਆ। ਜਿੱਦਾਂ ਮੈਨੂੰ ਲੱਗਦਾ ਕਿ ਬਾਈ ਦੇ ਗਾਣੇ ਤੋਂ ਇੱਕ ਲੱਗ ਰਿਹਾ ਕਿ ਆਪਣਾ ਬਾਈ ਆਪਣੀ ਸਟੋਰੀ ਆਈ ਥਿੰਕ ਸੁਣਾਊਗਾ ਸਾਰੀ। ਅਤੇ ਬਾਕੀ ਮੇਰਾ ਵੀ ਕਮੈਂਟ ਸੈਕਸ਼ਨ ਜ਼ਰੂਰ ਦੱਸਿਓ ਕਿ ਇਹ ਚੀਜ਼ ਸਹੀ ਆ ਜਾਂ ਕਿਵੇਂ ਵੀ ਜੋ ਵੀ ਬਾਈ ਦੱਸੂਗਾ। ਛੋਟੀ ਉਮਰ ਚ ਫੇਮ ਲੱਗੇ ਬੜੇ ਹੀ ਪਲੇਮ ਜੁੜੇ ਕਈ ਜਗ੍ਹਾ ਨੇ ਮਿੱਕੀ ਸਾਵੇ ਨੇ ਜੇਲ੍ਹ ਦੇਖੀ ਗੱਲ ਨਾ ਪੁਰਾਣੀ ਜਿਹੜੀ ਅੱਜ ਮੈਂ ਸੁਣਾਉਣ ਲੱਗਾ ਮੇਰੀ ਹੀ ਕਹਾਣੀ ਮੈਂ ਨਾ ਕੰਮ ਕੁਛ ਐਸੇ ਜੁੜੇ ਹੋਇਆ ਬਦਨਾਮ ਸੋਚਿਆ ਨਹੀਂ ਸੀ ਕਦੇ ਬਣੂ ਮੇਰਾ ਨਾਮ ਮੈਂ ਸਿੱਖੇ ਬੜੇ ਕੰਮ ਪਰ ਲੋਟ ਨਾ ਕੋਈ ਆਇਆ ਹੜ ਲੋਕਾਂ ਕੋਲੋਂ ਪੈਸੇ ਫਿਰ ਬਾਹਰ ਦਾ ਬਣਾਇਆ ਠੱਗੀ ਬਾਹਰ ਗਿਆ ਜੱਟ ਮੇਰਾ ਵੀਜ਼ਾ ਨਹੀਂ ਆਇਆ ਗਿਆ ਭੱਜ ਲੈ ਕੇ ਪੈਸੇ ਫਿਰ ਹੱਥ ਨਹੀਂ ਆਇਆ। ਓਕੇ 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 ਵਧੀਆ ਵੀਰਾ ਆਪਣਾ ਕਹਿੰਦੇ ਨਾਈਸ ਐਕਸਪਲੇਨ ਕਰਦਾ ਪਿਆ ਉਹ ਗਾਣੇ ਜੋ ਚੀਜ਼ ਵੀਰ ਨੂੰ ਹੋਏਗੀ। ਵੀਰੇ ਨੇ ਪੈਸੇ ਦਿੱਤੇ ਹੋਣੇ ਆ ਆਪਣਾ ਕਿ ਇਹ ਚੀਜ਼ਾਂ ਹਰ ਇੱਕ ਬੰਦੇ ਦੇ ਟ੍ਰੈਜਡੀ ਇਹ ਚੀਜ਼ਾਂ ਹੁੰਦੀਆਂ ਕਿ ਬੰਦਾ ਬਹੁਤ ਔਖਾ ਜੋ ਮਿਡ ਕਲਾਸ ਬੰਦਾ ਉੱਠਦਾ ਵਾ ਅਤੇ ਬਹੁਤ ਔਖਾ ਹੋ ਕੇ ਕਹਿੰਦੇ ਪੈਸੇ ਦਿਨ ਕਰਦਾ ਵਾ ਅਤੇ ਏਜੰਟ ਨੂੰ ਦਿੰਦਾ ਅਤੇ ਏਜੰਟ ਧੋਖਾ ਕਰ ਜਾਂਦੇ ਜਾਂ ਲੈ ਕੇ ਭੱਜ ਜਾਂਦੇ ਅਤੇ ਜਾਂ ਵੀਜ਼ਾ ਹੀ ਨਹੀਂ ਹੁੰਦਾ। ਸੋਨੇ ਦੀ ਮੈਂ ਚੈਨ ਦੂਜੀ ਵੇਚ ਦਿੱਤੀ ਗੱਡੀ ਸਾਡੇ ਘਰ ਰੋਟੀ ਪਾਣੀ ਦੀ ਸੀ ਲੱਕੀ ਨਾ ਜ਼ਮੀਨ ਨਾ ਜਪਾਤ ਤੇ ਮੈਂ ਜਾਤ ਦਾ ਚਮਾਰ ਪਿੰਡੋ ਗਿਆ ਨਾ ਸੀ ਬਾਹਰ ਨਾ ਹੀ ਮੱਤ ਦਾ ਚਲਾਕ ਸਿਰ ਚੜ ਗਿਆ ਕਰਜਾ ਸੀ ਉਹ ਖਚਲੇ ਖਰਚਾ ਸੀ ਕੰਮ ਨਾ ਕੋਈ ਆਉਂਦਾ ਸੀ ਨਾ ਮੈਨੂੰ ਕੋਈ ਬੁਲਾਉਂਦਾ ਸੀ ਘਰ ਉੱਤੇ ਬਾਲੇ ਮਿਕਣੀ ਵਿੱਚ ਚੁੰਦਾ ਸੀ ਮੈਂ ਲੁੱਕ ਲੁੱਕ ਲੋਕਾਂ ਤੋਂ। ਇਹ ਤਾਂ ਬਿਲਕੁਲ ਸਹੀ ਗੱਲ ਆ ਕਿ ਜਦੋਂ ਬੰਦੇ ਟਾਈਮ ਮਾੜਾ ਹੁੰਦਾ ਹੋਣਾ ਕੋਈ ਨਹੀਂ ਖਲੋਂਦਾ ਬੰਦੇ ਦੇ ਨਾਲ। ਕੱਲਾ ਬੈਠ ਹੁੰਦਾ ਸੀ ਜ਼ਿੰਦਗੀ ਤੋਂ ਹਾਰ ਹੋ ਕੇ ਬੈਠਾ ਸੀ ਨਿਰਾਸ਼ ਮੇਰੇ ਨਾਲ ਏਦਾਂ ਹੋਇਆ ਜਿਵੇਂ ਜਿੰਦਾ ਹੁੰਦਾ ਲਾਸ਼ ਮੈਨੂੰ ਵੱਡ ਵੱਡ ਖਾਣ ਲੱਗੀ ਰੋਜ਼ ਹੀ ਗਰੀਬੀ ਤੋੜ ਤੋੜ ਬੱਚੇ ਮੇਰੇ ਸਾਰੇ ਹੀ ਗਰੀਬ ਛੋਟੀ ਉਮਰ ਚ ਫੇਮ ਲੱਗੇ ਬੜੇ ਹੀ ਬਲੇਮ ਜੁੜੇ ਕਈ ਜਗ੍ਹਾ ਨੇਮ ਕੀ ਸਾ ਕੋਈ ਨਹੀਂ ਆਪਣਾ ਖਲੋਂਦਾ ਬਾਈ, ਜਿੰਨਾ ਮਰਜ਼ੀ ਕਿਸੇ ਦਾ ਕਰ ਲਓ। ਐਂਡ ਆਫ ਦਾ ਡੇ ਜਦੋਂ ਬੰਦੇ ਦਾ ਨਾਂ ਹੁੰਦਾ ਨਾ ਸਾਰੇ ਖੜਦੇ, ਜਦੋਂ ਬੰਦੇ ਦਾ ਨਾਂ ਡਾਊਨ ਹੁੰਦਾ ਨਾ ਕੋਈ ਯਾਰ ਤੋਂ ਸਭ ਪੀਣ ਦੇ ਪਿੱਛੇ ਹਟ ਜਾਂਦੇ ਆ। ਆਲੇ ਜੇਲ ਦੇਖੀ ਗੱਲ ਨਾ ਪੁਰਾਣੀ ਜਿਹੜੀ ਅੱਜ ਮੈਂ ਸੁਣਾਉਣ ਲੱਗਾ ਮੇਰੀ ਹੀ ਕਹਾਣੀ ਮੇਰੀ ਹੀ ਕਹਾਣੀ ਆਸ ਛੱਡ ਬੈਠਾ ਬਸ ਫੋਨ ਹੀ ਚਲਾਉਂਦਾ ਇੱਕ ਵੀਡੀਓ ਮੈਂ ਦੇਖੀ ਬੰਦਾ ਗਾਣਾ ਸੀ ਬਣਾਉਂਦਾ ਉਹ ਦੱਸਦਾ ਸੀ ਕਿੱਦਾਂ ਉਹਨੇ 뮤직 ਬਣਾਇਆ 뮤직 ਬਣਾ ਕੇ ਕਿੱਦਾਂ ਪੈਸਾ ਹੈ ਕਮਾਇਆ ਮੈਨੂੰ ਅੱਜ ਲੱਗਾ ਜਿੱਦਾਂ ਕਰ ਸਕਦਾ ਮੈਂ ਇਹ ਲੈ ਕੇ ਪੰਗੇ ਪੁੰਗੇ ਦੇਖਾਂ ਗੱਲ ਬਾਣੇ ਜਾਵੇ ਜੀ ਹਰ ਦਿਨ ਸਵੇਰ ਸ਼ਾਮ ਗਾਣੇ ਗੁਣੇ ਗਾਉਣ ਲੱਗਾ ਨੱਟੀ ਉਤੋਂ ਸਿੱਖ ਕੇ ਮੈਂ ਬਿੱਟਾ ਸੀ ਬਣਾਉਣ ਲੱਗਾ ਥੋੜੇ ਦਿਨ ਬਾਅਦ ਮੈਨੂੰ ਸਮਝ ਚ ਆਇਆ ਕਰ ਮੈਨੂੰ ਤਾਂ ਮੈਂ ਕਿਸੇ ਹਾਂ ਇਹ ਤਾਂ ਹੈ ਕਿ ਆਪਣਾ ਵੀਰਾ ਪਹਿਲਾਂ ਕੀ ਕਹਿੰਦੇ ਗਾਣੇ 뮤직 ਕਰਦਾ ਹੁੰਦਾ ਸੀ। ਇਹ ਤਾਂ ਬਾਅਦ ਚੋਂ ਮਿਕਲ ਅਮਲੀ ਐਂਥਮ ਤੋਂ ਹੀ ਆਪਣਾ ਕੀ ਕਹਿੰਦੇ ਉਹ ਗਾਣਾ ਹਿੱਟ ਰਿਹਾ ਵੀਰੇ ਦਾ, ਅਤੇ ਉਸ ਤੋਂ ਹੀ ਬੰਦਾ ਹੋਇਆ ਕਿ ਹਾਂ ਕਿ ਵੀਰਾ ਗਾਉਂਦਾ ਵੀ ਆ, ਨਹੀਂ ਤਾਂ ਜ਼ਿਆਦਾਤਰ ਆਪਣਾ ਬੀਟਾਂ ਹੀ ਦਿੱਤੀਆਂ ਕਾਣਾ ਸੀ ਜਿਹੜਾ ਗਾਣਾ ਮੈਂ ਬਣਾਇਆ ਫੁੱਲ ਚੱਲਿਆ ਰਿਪੀਟ ਤੇ ਕੰਮ ਗਿਆ ਮਿਲ ਪੈਸੇ ਮਿਲਦੇ ਸੀ ਬੀਟ ਤੇ ਚੰਦ ਦਾ ਨਾ ਕੰਮ ਮੇਰੀ ਨੀਤ ਹੁੰਦੀ ਖੋਟੀ ਲੱਗੀ ਘਰ ਮੇਰੇ ਪੱਕਣ ਸੀ ਦੋ ਟਾਈਮ ਰੋਟੀ ਮੈਨੂੰ ਫੋਨ ਇੱਕ ਆਇਆ ਉਹਨੇ ਕੰਮ ਸਮਝਾਇਆ ਪਹਿਲੀ ਵਾਰ ਪਿੰਡੋਂ ਬਾਹਰ ਸੀ ਮੈਂ ਚੰਡੀਗੜ੍ਹ ਆਇਆ ਲੱਗੀ ਰਾਕਾ ਰਾਕਾ ਹੋਣ ਮੈਂ ਤੋਂ 뮤직 ਕਰਾਉਣ ਗਾਣੇ ਹਿੱਟ ਲੱਗੇ ਆਉਣ ਲੱਗਾ ਚੈਨ ਨਾਲ ਸੌਣ ਦਿੱਤਾ ਘਰ ਜਾ ਵੀ ਲਾ ਲੱਗਾ ਘਰ ਵੀ ਬਣਾਉਣ ਵੱਡੀ ਭੈਣ ਵੀ ਵਿਆਹੀ ਹਰ ਰੀਝ ਸੀ ਪਗਾਈ ਬਣੇ ਟੈ
ਇਹ ਤਾਂ ਹੈ ਕਿ ਜਦੋਂ ਬੰਦਾ ਸਟਰਗਲ ਤੋਂ ਉੱਠ ਕੇ ਬੰਦਾ ਮਿਹਨਤ ਕਰਦਾ ਫਿਰ ਬੰਦਾ ਆਪਣੇ ਸਾਰੇ ਸ਼ੌਂਕ ਜੋ ਵੀ ਘਰ ਦੀ ਹੁੰਦੀ ਗਰੀਬੀ ਸਾਰਾ ਕੁਝ ਕੱਢਦਾ ਹੈ। ਹਰ ਇੱਕ ਬੰਦੇ ਦਾ ਸੁਪਨਾ ਹੁੰਦਾ ਕਿ ਕੋਈ ਟਾਈਮ ਆਪਣਾ ਬੰਦਾ ਕਿ ਰੱਬ ਸੁਣ ਲਵੇ ਕਿ ਇਹ ਟਾਈਮ ਬੰਦੇ ਦਾ ਨਾ ਹੋ ਜੇ ਬੰਦਾ ਆਪਣੇ ਇਸ ਮੁਕਾਮ 'ਤੇ ਪਹੁੰਚ ਜਾਏਗੀ ਜੋ ਆਪਣੇ ਘਰ ਦੀ ਗਰੀਬੀ ਚੱਕ ਦੇ। ਟਾਈਮ ਬਾਅਦ ਸਾਡੇ ਘਰ ਵਿੱਚ ਖੁਸ਼ੀ ਆਈ, ਮੈਨੂੰ ਇੱਕ ਸ਼ੌਂਕ ਬਸ ਵਾਲ ਬੁੱਠੇ ਜੇ ਕਟਾਉਣ ਦਾ, ਮੇਰਾ ਚਾਅ ਹੁੰਦਾ ਮੈਨੂੰ ਵਾਲ ਜੇ ਰੰਗਾਉਣ ਦਾ, ਪੁੱਛਦਾ ਨਾ ਕੋਈ ਉਹਦੀ ਇੱਜ਼ਤ ਜੀ ਹੋਣ ਲੱਗੀ ਖੁਸ਼ੀ ਵਿੱਚ ਵਾ ਮੇਰੇ ਟੀਮ ਮਦਦ ਚ ਫੇਮ ਲੱਗੇ ਬੜੇ ਹੀ ਪਲੇਮ ਜੁੜੇ ਕਈ ਜਗ੍ਹਾ ਨੇ ਮਿੱਕੀ ਸਾਲ ਦੇ ਨੇ ਜੇਲ ਦੇਖੀ ਗੱਲ ਨਾ ਪੁਰਾਣੀ ਜਿਹੜੀ ਅੱਜ ਮੈਂ ਸੁਣਾਉਣ ਲੱਗਾ ਮੇਰੀ ਹੀ ਕਹਾਣੀ ਮੈਨੂੰ ਲੱਗੇ ਬਜ ਤਾਂ ਸਭ ਸੈੱਟ ਗਿਆ ਹੋ ਪਤਾ ਹੀ ਨਹੀਂ ਸੀ ਨਵਾਂ ਪੰਗਾ ਜਾਣਾ ਹੋ ਇੱਕ ਪਰ ਚਰ ਜਾਜ ਮੇਰੇ ਉੱਤੇ ਗਿਆ ਪੈ ਮੈਨੂੰ ਘਰੋਂ ਮੇਰੇ ਚੱਕ ਕੇ ਪੁਲਿਸ ਗਈ ਸੀ ਲੈ ਮੈਂ ਜੁੜੇ ਬੜੇ ਹੱਥ ਮੇਰਾ ਦੱਸ ਦੋ ਕਸੂਰ ਮੈਨੂੰ ਕਾਹਦੋ ਤੁਸੀਂ ਕਰਦੇ ਹੋ ਕੰਮ ਕੋਲ ਦੂਰ ਜਿੰਨੇ ਪੈਸੇ ਸੀ ਮੈਂ ਜੁੜੇ ਸਭ ਲੈ ਕੇ ਮੈਥੋਂ ਲੁੱਟ ਮੈਨੂੰ ਜ਼ਿੰਦਗੀ ਨੇ ਇੱਕ ਵਾਰੀ ਫੇਰ ਦਿੱਤਾ ਤਿੰਨ ਸੀ ਸਤਾਰਾਂ ਵਾਲਾ ਤਿੰਨ ਵਾਰੀ ਕੁੱਟ ਰੋਟੀ ਮੇਰੇ ਅੱਗੇ ਜਾਂਦੇ ਸੀਗੇ ਕੁੱਤੇ ਅੰਗ ਸੁੱਟ ਮੇਰੇ ਹੌਲ ਜਿਹਾ ਪਾਵੇ ਜਦੋਂ ਚੇਤੇ ਬਾਈ ਨਾ ਇਹ ਚੀਜ਼ਾਂ ਹੋਈਆਂ ਕਿ ਆਪਣਾ ਕਿ ਬਾਈ ਕਹਿੰਦਾ ਤਿੰਨ ਜੋ ਸਟਾਰਾਂ ਵਾਲਾ ਮੈਨੂੰ ਤਿੰਨ ਵਾਰੀ ਕੁੱਟਦਾ ਸੀ ਤਾਂ ਰੋਟੀ ਮੇਰੇ ਅੱਗੇ ਕੁੱਤੇ ਵਾਂਗੂ ਸੁੱਟ ਦੇ ਤਾਂ ਕੁੱਤੇ ਅੱਗੇ ਰੋਟੀ ਸੁੱਟ ਦਿੰਦੀ ਆ। ਤਾਂ ਮੈਨੂੰ ਲੱਗਦਾ ਇਹ ਚੀਜ਼ਾਂ ਸ਼ਾਇਦ ਬਾਈ ਦੀ ਰਿਐਲਿਟੀ ਕੀ ਚੀਜ਼ਾਂ ਹੋਈਆਂ ਕਿਉਂਕਿ ਜਦੋਂ ਕੋਈ ਬੰਦਾ ਮਿਡ ਕਲਾਸ ਉੱਠਦਾ ਇਹ ਚੀਜ਼ ਹੁੰਦੀ ਹੀ ਹੁੰਦੀ ਆ, ਬੰਦੇ ਨਾਲ ਦੁਨੀਆ ਬਹੁਤ ਕੁਝ ਕਰਾ ਦਿੰਦੀ। ਤੇ ਕਰਾਂ ਜੇਲ ਮੇਰੀ ਉਦੋਂ ਵੀ ਕਰਾਈ ਨਾ ਕਿਸੇ ਨੇ ਆ ਕੇ ਬੇਲ ਆਵੇ ਅੱਜ ਵੀ ਜੇ ਯਾਦ ਆਵੇ ਅੱਖਾਂ ਵਿੱਚ ਪਾਣੀ ਮੈਨੂੰ 2 ਦਿਨ ਹੀ ਉਹਨਾਂ ਨੇ ਨਾ ਪੁੱਛਿਆ ਸੀ ਪਾਣੀ ਅੱਜ ਜੋ ਸੁਣਾਉਣ ਲੱਗਾ ਮੈਂ ਜੀ ਕਹਾਣੀ ਛੋਟੀ ਉਮਰ 'ਚ ਫੇਮ ਲੱਗੇ ਬੜੇ ਹੀ ਬਲੇਮ ਜੁੜੇ ਕਈ ਜਗ੍ਹਾ ਨੇ ਮਿੱਕੇ ਸਾਲ ਦੇ ਨੇ ਜੇਲ ਦੇਖੀ ਗੱਲ ਨਾ ਪੁਰਾਣੀ ਜਿਹੜੀ ਅੱਜ ਮੈਂ ਸੁਣਾਉਣ ਲੱਗਾ ਮੇਰੀ ਹੀ ਕਹਾਣੀ ਬਾਈ ਕਹਿੰਦਾ ਕਿ ਆਪਣਾ ਕਾਂਡ ਕਿਸੇ ਨੇ ਕੀਤਾ ਤੇ ਮੈਂ 2 ਦਿਨ ਰਿਮਾਂਡ ਵੀ ਚੱਲੀ ਆ। ਇਹ ਕਾਂਡ ਕੋਈ ਹੋਰ ਕਰ ਜਾਂਦਾ ਬੰਦਾ ਫਸ ਜਾਂਦਾ ਵਾ। ਇਹ ਚੀਜ਼ਾਂ ਸਿੱਧੂ ਵੀਰੇ ਨਾਲ ਵੀ ਬਹੁਤ ਹੋਈਆਂ ਸੀ ਕਿ ਜਦੋਂ ਸਿੱਧੂ ਵੀਰੇ ਦਾ ਆਪਣਾ ਮੈਂ ਕਿਤੇ ਕੰਪੇਅਰ ਨਹੀਂ ਕਰਦਾ ਪਿਆ ਗੱਲ ਕਰਦਾ ਪਿਆ ਵਾਂ ਕਿ ਹਾਂ ਕਿ ਵੀਰੇ ਦੇ ਕਿਤੇ ਘਰੇ ਬੈਠਿਆਂ ਬੈਠਿਆਂ ਪਰਚੇ ਹੋਏ ਸੀ। ਜੋੜ ਕੇ ਮੈਂ ਗਾਣਾ ਇੱਕ ਆਪਣਾ ਬਣਾਇਆ ਹੋਣਾ ਜਿਹੜਾ ਮੈਂ ਬਣਾਇਆ ਬੈਠਾ ਲੋਕਾਂ ਨੂੰ ਉਹ ਫਿੱਟ ਮੇਰਾ ਅਮਲੀ ਐਂਥਮ ਹੋਇਆ ਹਰ ਜਗ੍ਹਾ ਹਿੱਟ ਮੇਰੇ ਵਾਂਗੂ ਕਈ ਗਾਉਣ ਲੱਗੇ ਸਿਰ ਜਾ ਹਿਲਾਉਣ ਲੱਗੇ ਪਰ ਕੁਛ ਲੋਕ ਮੈਨੂੰ ਨੀਵਾਂ ਸੀ ਦਿਖਾਉਣ ਲੱਗੇ ਕਹਿੰਦੇ ਤੇਰੇ ਪਿੱਛੇ ਲੱਗ ਵਿਗੜ। ਇਹ ਤਾਂ ਹੈ ਕਿ ਯਾਰ ਐਨਲੀ ਐਂਥਮ ਸਾਰਿਆਂ ਨੇ ਸੁਣਿਆ ਸੀ, ਬਹੁਤ ਪਿਆਰਾ ਆਪਣਾ 49-50 ਮਿਲੀਅਨ ਉਸ 'ਤੇ ਵਿਊ ਆ, ਬੜੇ ਪੈਸਾ ਲੋਕਾਂ ਨੇ ਮਾੜਾ ਵੀ ਬੋਲਿਆ ਵੀ ਠੀਕ ਯਾਰ ਜੇ ਅਗਲਾ ਵਾਲ ਰੰਗਾਉਂਦੇ ਅਗਲੇ ਦੇ ਪੈਸੇ ਜੋ ਮਰਜ਼ੀ ਕਰੇ ਯਾਰ ਅਗਲੇ ਦੀ ਜ਼ਿੰਦਗੀ ਆ ਸਹੀ ਆ, ਅਗਲਾ ਜਿਵੇਂ ਦਾ ਵੀ ਗਾਉਣ ਲਿਆ ਠੀਕ ਆ। ਹਾਂ ਜੋ ਪਿੱਛੇ ਜੋ ਚੀਜ਼ਾਂ ਹੋਈਆਂ ਉਹ ਚੀਜ਼ਾਂ ਗਲਤ ਹੀ ਸੀ ਕਿ ਸਹੀ ਕੁਝ ਚੀਜ਼ਾਂ ਸਹੀ ਸੀ ਕੁਝ ਚੀਜ਼ਾਂ ਗਲਤ ਸੀ। ਸਹੀ ਆ ਕਿ ਠੀਕ ਆ ਬਈ ਤੂੰ ਆਪਦਾ ਤੇਰਾ ਗਾਣਾ ਚੱਲਿਆ ਤੂੰ ਆਪਦਾ ਕਰੀ ਜਾ, ਸਹੀ ਆ ਕਿ ਤੈਨੂੰ ਦੁਨੀਆਦਾਰੀ ਕਿਹੜੇ ਚੱਕਰਾਂ 'ਚ ਪੈ ਜਾਂਦੇ ਆ। ਵਿਗੜੇ ਜਵਾਕ ਕਾ ਤੁਰੰਗੇ ਦਾ ਸਵਾਲ ਕਰੇ ਨਸ਼ਾ ਪ੍ਰਮੋਟ ਕਰੇ ਮੁੰਡੇ ਤੂੰ ਖਰਾਬ ਮੇਰੀ ਬਣ ਗਈਆਂ ਮੀਨ ਕਹਿੰਦੇ ਵਾਲ ਕਿਉਂ ਰੰਗਾਏ ਮੇਰੇ ਵਾਲ ਮੇਰੀ ਮਾਤ ਜੀ ਮੈਂ ਇਸ ਲਈ ਰੰਗਾਏ ਬਾਕੀ ਮੈਨੂੰ ਵੀ ਇਹ ਲੱਗੇ ਜਿਵੇਂ ਠੀਕ ਨਾ ਹੈ ਗਾਉਣਾ ਕੀਤਾ ਖੁਦ ਨੂੰ ਮੈਂ ਵਾਦਾ ਬਸ ਤੁਹਾਡੇ ਲਈ ਮੇਰੀ ਜ਼ਿੰਦਗੀ ਸੀ ਅੱਗੇ ਬੜੇ ਰੋਲਿਆਂ ਨਾ ਭਰੀ। ਇੱਥੇ ਇੱਕ ਗੱਲ ਹੋਰ ਆ ਕਿ ਜੇ ਆਪਣਾ ਕਹਿੰਦੇ ਕਿ ਹਾਂ ਕਿ ਮੇਰੇ ਪਿੱਛੇ ਲੱਗ ਕੇ ਲੋਕ ਨਸ਼ਿਆਂ 'ਤੇ ਲੱਗਦੇ ਆ ਜਿਵੇਂ ਵੀ ਆ, ਅਤੇ ਮੈਂ ਇੱਥੇ ਚਾਹੁੰਦਾ ਕਿ ਹਾਂ ਕਿ ਵੀਰੇ ਫਿਰ ਕੋਈ ਵਧੀਆ ਗਾਣੇ ਗਾਓ ਠੀਕ ਹੈ। ਜੇ ਚੀਜ਼ ਕਹਿੰਦਾ ਕਿ ਕੋਈ ਜਿੱਦਾਂ ਅਰਜਨ ਢਿੱਲਵੀਰੇ ਜਿਹੜਾ ਕੋਈ ਆਪਣਾ ਗਾਣਾ ਕਰਕੇ ਕੋਈ ਨਾ ਕੋਈ ਚੀਜ਼ ਵਧੀਆ ਕਰ ਦਿੰਦਾ ਵੇ, ਚਾਹੁੰਦਾ ਕਿ ਤੱਥਾਂ ਦੇ ਹਿਸਾਬ ਨਾਲ ਗੱਲ ਕਰਦਾ ਕਿ ਜੇ ਦੁਨੀਆ ਤੁਹਾਨੂੰ ਸੁਣਦੀ ਹੈ ਠੀਕ ਹੈ ਪਿਆਰ ਕਰਦੀ ਹੈ ਤਾਂ ਤੁਸੀਂ ਬਈ ਉਸ ਹਿਸਾਬ ਨਾਲ ਗੱਲ ਕਰੋ, ਵਧੀਆ ਕੋਈ ਦੱਸੋ ਕਿ ਹਾਂ ਵੀ ਲੋਕ ਤੁਹਾਨੂੰ ਫੋਲੋ ਕਰਨ ਠੀਕ ਹੈ ਨਾ। ਮਾੜੀ ਚੀਜ਼ ਨਾਲੋਂ ਚੰਗੀ ਚੀਜ਼ ਕਰਕੇ ਵੀ ਬੰਦਾ ਹਿੱਟ ਹੋ ਸਕਦਾ ਵਾ। ਮੈਂ ਚਾਹੁੰਦਾ ਨਾ ਮੁਸੀਬਤ ਕੋਈ ਫੇਰ ਕਰਾਂ ਖੜੀ ਕਲਾਕਾਰ ਫੇ ਬਣਾਇਆ ਨਾ ਮੈਂ ਨਸ਼ਿਆਂ ਤੇ ਗਾ ਕੇ ਹਾਂ ਲੋਕਾਂ ਨੂੰ ਪਸਿੰਕਰਾਂ ਨੂੰ ਰੱਬ ਹੈ ਬਣਾਇਆ ਸਾਡੇ ਪਿੱਛੇ ਲੱਗਦੇ ਹੋ ਮਨ ਤੇ ਨਾ ਆਪਦੀ ਸਾਡੀ ਤੁਸੀਂ ਮੰਨਦੇ ਹੋ ਮਨ ਦੇ ਨਾ ਪਰ ਕਿਸਮਤ ਮੇਰੀ ਵਿੱਚ ਰੋਲੇ ਹੀ ਲਿਖੇ ਚੰਗਾ ਦੇਖਿਆ ਨਾ ਕਿਸੇ ਬਸ ਮਾੜੇ ਹੀ ਦਿਖੇ ਹੁਣ ਲੱਗਾ ਮੈਟਰੋਲ ਥਰੈਟ ਦੀਆਂ ਕਾਲ ਜਿਵੇਂ ਜਿਹਦਾ ਦਿਲ ਕਰੇ ਉਹੀ ਜਾਂਦਾ ਸੀਗਾ ਬੋਲ ਇਹਦੇ ਨਾਲ ਚੰਗਾ ਗਾਈ ਨਸ਼ਿਆਂ ਤੇ ਜਾਂਦਾ ਹੁਣ ਬੱਚਿਆ ਨਹੀਂ ਸੀ ਕੁਛ ਬੋਲਣੇ ਨੂੰ ਕੋਲ ਬੜਾ ਪੰਡ ਦਿੱਤਾ ਲੋਕਾਂ ਘਰੋਂ ਜਾਣਾ ਹੋਇਆ ਮੈਨੂੰ ਪੈ ਗਿਆ ਸੀ ਸ਼ੱਕ ਮੇਰਾ ਟਾਈਮ ਹੋਇਆ ਚੱਕ ਆਇਆ ਗੱਡੀ ਵਿੱਚ ਬਾਹਰ ਮੇਰੇ ਬੱਚਾ ਬੇਸਬਾਲ ਤਾਂ ਬੈਠੇ ਓ ਯਾਰ ਫੱਕ ਮੈਨ ਯਾਰ
ਗਲਤ ਗੱਲ ਹੈ ਯਾਰ ਆਹ ਚੀਜ਼, ਜਦੋਂ ਜੇ ਚੀਜ਼ ਹੋਈ ਆ ਜੇ ਤੁਹਾਡੀ ਬੰਦੇ ਨਾਲ ਕਿਸੇ ਨਾਲ ਕਰਾਰ ਆ, ਜੇ ਅਗਲਾ ਬੋਲਦਾ ਠੀਕ ਆ, ਉਹਨੂੰ ਬੋਲ ਕੇ ਜਵਾਬ ਦੇ ਦਿਓ ਸਹੀ ਹੈ ਨਾ, ਵਰਬਲੀ ਗੱਲ ਕਰਦਾ ਪਿਆ ਠੀਕ ਆ, ਬੋਲ ਕੇ ਤਾਂ ਬੋਲ ਕੇ ਜਵਾਬ ਦੇ ਦਿਓ, ਆਹ ਚੀਜ਼ ਗਲਤ ਆ ਕਿ ਹਾਂ ਕਿ ਬੰਦੇ ਨੂੰ ਇਕੱਲੇ ਨੂੰ ਆ ਕੇ ਤੁਸੀਂ ਆ ਕੇ ਫੋਟੋ ਬੰਦੇ ਬਹਾਨੇ ਠੀਕ ਹੈ ਮਾਰਦੇ, ਜੇ ਕਿਸੇ ਨਾਲ ਉੱਦਾਂ ਕਰ ਬਈ ਤੈਨੂੰ ਫੋਨ ਕਰਦੇ ਕਿ ਹਾਂ ਵੀ ਤੂੰ ਬੰਦੇ ਇਕੱਠੇ ਕਰ ਲਾ ਐਂ ਕਰ ਲੈ, ਤਾਂ ਯਾਰ ਗਲਤ ਗੱਲ ਆ ਠੀਕ ਆ, ਬੋਲ ਕੇ ਇੱਕ ਚੀਜ਼ ਹੋਰ ਹੋ ਜਾਂਦੀ ਹੈ, ਜੋ ਕਿਹੜਾ ਅਗਲਾ ਕਿ ਤੁਹਾਨੂੰ ਆ ਕੇ ਜੇ ਕਿਸੇ ਨੂੰ ਘਰ ਆ ਕੇ ਜੇ ਉਹ ਜਿਹਦੇ ਨਾਲ ਵੀ ਚੱਲਦਾ ਉਹਦਾ ਕਿਸੇ ਨੂੰ ਘਰ ਆ ਕੇ ਕੁੱਟਦਾ ਪਿਆ ਹੋ ਜੀ, ਕਿਉਂ ਉਹ ਵੀ ਵਰਬਲੀ ਬੋਲਦਾ ਪਿਆ ਤਾਂ ਤੁਸੀਂ ਵਰਬਲੀ ਬੋਲ ਲਓ। ਉੱਤੇ ਵਾਰੇ ਉਹ ਅੱਠ ਸੀ ਤੇ ਮੈਂ ਤੇ ਬਸ ਇੱਕ, ਮੇਰਾ ਯਾਰ ਮੇਰੀ ਅੱਖਾਂ ਮੁਰੇ ਨੇ ਰਾਦਾ ਮਕੋਟਦਾ ਸੀ ਮੇਰਾ, ਕਹਿੰਦੇ ਅੱਜ ਅਸੀਂ ਕੱਖ ਛੱਡਣਾ ਨੀ ਤੇਰਾ, ਨਿਕਲ ਹੀ ਜਾਣਾ ਜਿੱਦਾਂ ਅੱਜ ਮੇਰਾ ਸਾਹ ਰੱਖੇ, ਕਿਹੜਾ ਜ਼ਿੰਦਗੀ ਚ ਕਿੱਥੋਂ ਤੋਂ ਬਿਨਾਂ, ਇੰਨਾ ਮਾੜਾ ਤਾਂ ਨਹੀਂ ਸੀ ਜਿੰਨਾ ਦੁੱਖ ਤੂੰ ਹੰਢਾਇਆ, ਇੰਨੀ ਕਰਕੇ ਮਿਹਨਤ ਤਾਂ ਸਿਆਹੀ ਸੀ। ਮੈਸੇਜ ਕਰਦਾ ਪਿਆ ਜੀਨੇ ਜੀਨਾ ਕੀਤੀਆਂ ਨੂੰ ਪਉ ਪਰਨਾ, ਜੇ ਜਾਵਾਂ ਮਰ ਜਿਹੜਾ ਕੱਲ ਮਰਨਾ, ਬੜਾ ਚੰਗਾ ਲਿਆ ਬਣ ਹੁਣ ਨਹੀਂ ਉਪਣਨਾ, ਮੈਨੂੰ ਲੇਖਾ ਜੋਖਾ ਤੁਹਾਡਾ। ਇਹ ਸਟੋਰੀ ਦਾ ਆਪਣਾ ਵੈਸਟ ਬੰਗਾਲ ਦੀ, ਵੈਸਟ ਬੰਗਾਲ ਸ਼ੂਟ ਹੋਇਆ ਵਾ, ਤੁਰਦੇ ਫਿਰਦੇ ਕੀਤਾ ਇਸ ਟੂ ਹੁਣ ਪੈਣਾ ਕਰਨਾ ਗੱਲ ਹੁੰਦੀ ਕੋਈ ਹੋਰ, ਸਾਲੇ ਕਰਦੇ ਨੇ ਹੋਰ ਬਸ ਪਾਲਦੇ ਨੇ ਰੰਟੇ, ਕੀ ਮੈਂ ਗੱਲ ਦਈਏ ਜੋੜ ਗੱਲ ਜੋੜ ਕੇ ਨੇ ਫੇਰ ਸਾਲੇ ਜੋੜਦੇ ਨੇ ਪੈਸਾ, ਬੈਠੇ ਚੈਨਲ ਬਣਾ ਕੇ ਬੋਲਦੇ ਨੇ ਐਸਾ ਵੈਸਾ, ਜਿੱਥੇ ਬੋਲਣ ਦੀ ਲੋੜ ਹੈ ਉੱਥੇ ਚੁੱਪ ਜਾਂਦੇ ਕਰ ਗੱਲ, ਬਸ ਪੈਸੇ ਦੇਵਦੀ ਨਾ ਰੱਬ ਦਾ ਕੋਈ ਡਰ, ਮੈਨੂੰ ਉੱਤੋਂ ਮਜਬੂਰ ਤੁਸੀਂ ਇੰਨਾ ਦਿੱਤਾ ਕਰ, ਹੁਣ ਸਾਲੋਂ ਜਦੋਂ ਤੁਹਾਡੀ ਬੰਦ ਦਿੱਤੀ, ਕੁਛ ਬੰਦਿਆਂ ਦੇ ਬਾਰੇ ਨਹੀਂ ਬੋਲਣਾ ਸੀ ਮੈਂ, ਹੁਣ ਰਾਜ਼ੇ ਨਾ ਤੱਲਿਆਂ ਦਾ ਖੋਲਣਾ, ਕਈਆਂ ਨੂੰ ਜੋ ਸ਼ੇ ਦਿਖੇ ਕਈਆਂ ਨੂੰ ਅਨੋ, ਹੱਥ ਬੰਦ ਰਾਦ ਡੱਬੀ ਫੂਨੇ ਇਹਨਾਂ ਦੇ ਲੱਖੋ, ਇੱਕ ਕਹਿੰਦਾ ਤੂੰ ਆ ਕੀ ਜਾ ਕੇ ਆਪਣਾ ਮਿਆਰ ਦੇਖ, ਹੁੰਦਾ ਤੇਰਾ ਸਾੜਾ ਨਵਾਂ ਚੱਲੇ ਕਲਾਕਾਰ ਦੇਖ, ਵਰਤ ਕੇ ਨਾਮ ਕਿਸੇ ਦਾ ਨਾ ਤਾਂ ਵੀ ਚੱਲਿਆ ਤੂੰ, ਹੁਣ ਰਾਜੇ ਬਾਰੇ ਬੋਲ ਫੁੱਟੋ ਬਣਦੇ ਯਾਰ ਦੇ, ਭੈਣ ਦੀ ਜਗਾਲ ਮੈਨੂੰ ਕੱਢੀ ਨਾ ਜੋ ਭੁੱਲੇ, ਹੁਣ ਦੱਸਣਗੇ ਲੋਕ ਤੈਨੂੰ ਕੀ ਆ ਤੇਰੇ ਪੱਲੇ, ਬਾਕੀ ਸਭ ਝੂਠੇ ਬਸ ਤੁਸੀਂ ਹੀ ਆ ਸੱਚੇ ਬਣੋ, ਨਾ ਚਲਾ ਕੇ ਅਸੀਂ ਐਡੇ ਵੀ ਨਹੀਂ, ਦੂਜਾ ਕਹਿੰਦਾ ਕੋਈ ਵੀ ਆਈ ਤੇਰੀ ਅਮਲੀ ਨਾ ਜਾਵੇ, ਜਿੱਥੇ ਮਰ ਜੀ ਵੀ ਆਵਾਂ ਤੇਰੀ ਕਾਬੋ। ਯਾਰ ਗਲਤ ਗੱਲ ਯਾਰ, ਫੈਮਿਲੀ ਤੱਕ ਨਾ ਵੀਰੇ ਜਾਇਆ ਕਰੋ ਠੀਕ ਹੈ, ਜਿਹੜੀ ਆਪਣੀ ਹੈਗੀ ਹੈ ਕਾਰ ਆਪਦੇ ਤੱਕ ਰੱਖਿਆ ਕਰੋ, ਫੈਮਿਲੀ ਵਿਚਾਰੀ ਦਾ ਯਾਰ ਕੀ ਕਸੂਰ, ਫੈਮਿਲੀ ਤੱਕ ਇਹਦੀ ਮਾਂ ਭੈਣ ਤੇ ਕਦੀ ਵੀ ਬਈ ਗਲਤ ਗੱਲ। ਮੇਰੇ ਨਾਮ ਤੋਂ ਵੀ ਉਹ ਪਾਸ ਇੰਨਾ ਹੀ ਆ ਰੌਲਾ, ਅਸੀਂ ਐਡੇ ਨਹੀਂ ਸ਼ਦਾਈ ਨਾ ਕੋਈ ਐਡਾ ਗੂੰਗਾ ਬੋਲਾ, ਕਈ ਕਰਕੇ ਕਮੈਂਟ ਵੱਡੇ ਪਾੜਦੇ ਸੀ ਸ਼ੇਰ ਵੱਤ ਫੋਲੋਅਰ ਜਾਣ, ਬਸ ਇੰਨੀ ਕੀ ਗੇਮ, ਹੁਣ ਪਾਓ ਮੈਨੂੰ ਲੱਤ ਹੈ ਰੱਖਣੀ ਕਿਤੇ, ਜ਼ਿੰਮੇਵਾਰੀ ਨਾ ਨਵਾਂ ਬੰਦਾ ਲਿਖੇ ਗਾਏ ਰਾਜ਼ ਸੋਨਾ ਨੂੰ ਨਾ ਆਏ, ਜਿਹੜੇ ਤਿੰਨ ਚਾਰ ਤੁਸੀਂ ਬਾਲੇ ਸਿਰ ਤੇ ਚੜਾਏ, ਹੁਣ ਲੈ ਲਓ ਸੁਨਿਆਸ ਨਵੇਂ ਬੰਦੇ ਆਏ। ਠੀਕ ਆ ਬਾਈ, ਮੈਂ ਤਾਂ ਬਾਈ ਤੈਨੂੰ ਸਿੱਧੀ ਗੱਲ ਕਹਿੰਦਾ ਬਈ ਤੂੰ ਦੁਨੀਆਂ ਦੇ ਰਹਿਣ ਦੀ ਇਹ ਚੱਕਾਂ ਜਾਂ ਪੈ ਜਾਣਾ ਠੀਕ ਹੈ, ਜੇ ਤੇਰਾ ਆਪਦਾ ਕੰਮ ਵਧੀਆ ਤੇਰੇ ਨਾਲ ਜੋ ਚੀਜ਼ਾਂ ਹੋਈਆਂ ਵਾ ਤੈਨੂੰ ਇਹ ਚਾਹੀਦਾ ਕੀ ਹੈ, ਤੇਰਾ ਆਪਦਾ ਚੱਲਣ ਦੇ ਚਲਾਈ ਜਾਂ ਠੀਕ, ਤੂੰ ਦੁਨੀਆਂ ਦੇ ਧੱਕੀ ਲੈਣਾ ਕੋਈ ਕਿਸੇ ਲਈ, ਰੱਬ ਆ ਕਿਵੇਂ ਵੀ ਆ ਠੀਕ, ਹਰ ਇੱਕ ਬੰਦੇ ਦੀ ਪਰਸਨਲ ਚੋਇਸ ਹੁੰਦੀ ਆ ਵੀਰ ਠੀਕ ਨਾ, ਜਿਵੇਂ ਵੀ ਸਿੱਧੂ, ਜੇ ਲੋਕ ਸਿੱਧੂ ਨੂੰ ਪਿਆਰ ਕਰਦੇ ਆ ਠੀਕ ਆ ਉਹਦਾ ਵੱਖਰਾ, ਜੇ ਕੋਈ ਕਰਨ ਵਾਲੇ ਨੂੰ ਪਿਆਰ ਕਰਦੇ, ਸਾਰਿਆਂ ਦਾ ਆਪਣਾ ਆਪਣਾ ਠੀਕ ਹੁੰਦਾ ਵਾ ਕਿ ਤੇਰਾ ਆਪਦਾ ਕੰਮ ਵਧੀਆ ਚੱਲੀ ਜਾਂਦਾ ਤੂੰ ਚਲਾਈ ਜਾ ਠੀਕ ਆ, ਤੈਨੂੰ ਦੁਨੀਆਦਾਰੀ ਦੇ ਚੱਕਰ ਪੈਣ ਦੀ ਲੋੜ ਹੀ ਨਹੀਂ, ਤੂੰ ਆਪਦਾ ਮਿਹਨਤ ਕਰ ਠੀਕ ਆ, ਮਾਲਕ ਨੇ ਆਪੇ ਰੰਗ ਭਾਲ ਲਾ ਦੇਣੇ। ਦੁਖੀ ਤਕੀ ਹੋ ਜਾ ਬਾਤ ਤੂੰ ਸਨਾਲ ਭੇੜ ਤੂੰ ਭੁਗਤਣਾ ਤੈਨੂੰ ਖੜਪਾ ਲਿਆ ਛੇੜ, ਹੁਣੇ ਉਹਨਾਂ ਬਾਰੇ ਜਿਹੜੇ ਮੈਨੂੰ ਕਰਦੇ ਪਿਆਰ, ਗੱਲਾਂ ਤੁਹਾਡੇ ਨਾਲ ਕਰਨੀਆਂ ਚੌਣਾ ਤਿੰਨ ਚਾਰ, ਪੜ ਰੱਖ ਕੇ ਦਾਣਾ ਫੈਨ ਪਹਿਲਾਂ ਕੰਮ ਤੇ ਧਿਆਨ ਦੇ, ਮਾਂ ਬਾਪ ਪਹਿਲਾਂ ਬਾਕੀ ਸਾਰੇ ਫਿਰ ਬਾਅਦ ਨੇ, ਆਪ ਕੁਛ ਕਰ ਫਿਰ ਦੂਜੇ ਨੂੰ ਕੀ ਆਂਦੇ, ਪਾਦਾ ਨਹੀਂ ਉਹ ਲੜ ਮੇਰੇ ਪਿੱਛੇ ਟਾਈਮ ਗਾਲ, ਕਦੇ ਜੇਲ ਕਦੇ ਬੇਲ ਕਦੇ ਪਾਸ ਕਦੇ ਫੇਲ, ਕਦੇ ਚੰਗਾ ਕਦੇ ਮੰਦਾ, ਕਦੇ ਲੁੱਚਾ ਕਦੇ ਸੰਗਾ, ਕਦੇ ਬਣ ਜਾ ਸ਼ਰੀਫ ਕਦੇ ਗੁੰਡਿਆਂ ਦਾ ਗੁੰਡਾ, ਕਦੇ ਰੱਜ ਕੇ ਗਰੀਬ ਕਦੇ ਬਣ ਜਾ ਅਮੀਰ, ਕਦੇ ਗੁੱਸਾ ਜਾਵਾ ਕਰ ਕਦੇ ਬਣ ਜਾ ਫਕੀਰ, ਰੱਖ ਕੇ ਕਿਹੋ ਜਿਹੀ ਲਿਖਾ ਕੇ ਕਿਸਮਤ ਆ, ਕਦੇ ਹੁੰਦੀ ਆ ਇੱਜ਼ਤ ਕਦੇ Fuck sympathy, fuck YouTube, fuck Instagram, fuck Facebook, fuck peace, fuck the police. Yeah, I'm not gonna fuck the police. ਸੋ
ਸੌਂਗ ਆ ਵੀਰ ਨੇ ਜੋ ਵੀ ਆਪਣਾ ਕਹਿੰਦੇ ਜੋ ਲਾਈਫ 'ਚ ਵੀਰ ਨਾਲ ਟ੍ਰੈਜਡੀਆਂ ਹੋਈਆਂ ਵਾ ਜਿੱਥੋਂ ਵੀਰਾ ਉੱਠਿਆ ਜਿੱਦਾਂ ਇਹਨੇ ਵੀ ਮਿਊਜ਼ਿਕ ਰੀ ਦੀ ਸਵਾਦ ਕੀਤੀ ਵਧੀਆ ਆਪਣਾ ਕੀ ਗਾਣਾ ਉਸ ਨੇ ਬਹੁਤ ਘੈਂਟ ਐਕਸਪਲੇਨ ਕੀਤਾ ਵੋਕਲ ਸਿਰਾ ਮਿਊਜ਼ਿਕ ਬਹੁਤ ਘੈਂਟ ਆ ਵੀਡੀਓ ਵੀ ਸ਼ੂਟ ਬਹੁਤ ਸਿਰਾ ਬਾਈ ਕਹਿੰਦਾ ਕਿ ਵੀਰੇ ਨੂੰ ਬਸ ਇੱਕੋ ਐਡਵਾਈਸ ਹੈ ਕਿ ਵੀਰੇ ਜੇ ਤੇਰਾ ਆਪਣਾ ਕੰਮ ਠੀਕ ਹੈ ਜੇ ਤੂੰ ਮਿਹਨਤ ਕਰਕੇ ਕਹਿ ਠੀਕ ਆ ਆਪਦਾ ਕੰਮ ਕਰ ਤਾਂ ਇਹਨੂੰ ਦੁਨੀਆਦਾਰੀ ਤੋਂ ਕੋਈ ਕਹਿਣ ਦੀ ਲੋੜ ਹੀ ਨਹੀਂ ਸਹੀ ਹੈ ਨਾ ਠੀਕ ਹੈ ਨਾ ਕਿਉਂਕਿ ਇੱਥੇ ਸੋਸ਼ਲ ਮੀਡੀਆ ਇਜ਼ ਆਲ ਅਬਾਊਟ ਨੈਗੇਟਿਵਿਟੀ ਸਹੀ ਹੈ ਨਾ ਅਤੇ ਬਾਕੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਦੱਸਿਓ ਵੀਡੀਓ ਜੇ ਕੋਈ ਆਪਣਾ ਕਮੀ ਪੇਸ਼ੀ ਹੋਊਗੀ ਤਾਂ ਬਾਕੀ ਆਪਣਾ ਮਿਲਦੇ ਅਗਲੀ ਵੀਡੀਓ 'ਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ।